ਕਿਸਾਨ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਦੋਸਤ ਡਾਕਟਰ ਕੁਲਦੀਪ ਸਿੰਘ ਸ਼ੇਰਗਿਲ ਮਰਖਾਈ ਦੋਸਤੋ ਤੁਸੀਂ ਦੇਖ ਰਹੇ ਹੋ ਮੇਰੀ ਖੇਤੀ ਮੇਰਾ ਕਿਸਾਨ YouTube ਚੈਨਲ ਸਭ ਤੋਂ ਪਹਿਲਾਂ ਜਿਹੜੇ ਕਿਸਾਨ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਕਿ ਲਾਲ ਬਟਨ ਅਪਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਘੰਟੀ ਵਾਲਾ ਬਟਨ ਜ਼ਰੂਰ ਨੱਪ ਲਓ ਤਾਂ ਕਿ ਤੁਹਾਡੇ ਤੱਕ ਲੇਟੈਸਟ ਵੀਡੀਓ ਪਹੁੰਚਦੀਆਂ ਰਹਿਣ ਕਿਸਾਨ ਸਾਥੀਓ ਜਿਵੇਂ ਹੁਣ ਸਾਡਾ ਝੋਨਾ ਨਿਸਬਣਾ ਸ਼ੁਰੂ ਹੋ ਗਿਆ ਹੈ ਤਾਂ ਸਾਡੇ ਸਭ ਦੇ ਮਨ ਦੇ ਵਿੱਚ ਇੱਕ ਸਵਾਲ ਰਹਿੰਦਾ ਹੈ ਕਿ ਯਾਰ بارش ਆ ਗਈ ਤੇ ਕਿਤੇ ਬੂੜ ਤਾਂ ਨਹੀਂ ਛੜ ਗਿਆ ਸਾਰਾ ਜਾਂ ਬੂਰ ਪੈਂਦਾ ਕਦੋਂ ਹੈ ਫਸਲ ਨੂੰ ਜਾਂ ਬੂਰ ਨਿਕਲਦਾ ਕਦੋਂ ਹੈ ਜਾਂ ਕਈ ਕਿਸਾਨ ਵੀਰੇ ਪੁੱਛਦੇ ਰਹਿੰਦੇ ਆ ਯਾਰ ਮੁੰਜਰ ਦੀ ਸਰੀ ਨੂੰ ਤਿੰਨ ਦਿਨ ਹੋ ਗਏ ਤੇ ਦਾਣੇ 'ਚ ਦੁੱਧਾ ਨਹੀਂ ਬਣਿਆ ਫੋਕ ਕਿਉਂ ਬਣੀ ਆ ਤਾਂ ਇਸ ਤਰ੍ਹਾਂ ਦੇ ਕੁਝ ਸਵਾਲਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗਾ ਜੋ 파ਟ ਰਹਿ ਜਾਏਗਾ ਉਹ ਦੂਸਰੇ 파ਟ ਦੇ ਵਿੱਚ ਕਵਰ ਕਰਾਂਗਾ ਇਸ ਵੀਡੀਓ ਦੇ ਲਈ ਇੱਕ ਰਿਸਰਚ ਪੇਪਰ ਦੀ ਮਦਰ ਲੈ ਰਿਆ ਜਿਹਦੇ ਵਿੱਚ ਕੇ ਆਰ ਜੀ ਬੀ ਅਮੇਜ ਦੇ ਰਾਈ ਬੁੱਟੇ ਦੀ ਸਟੱਡੀ ਕੀਤੀ ਗਈ ਤੇ ਦੇਖਿਆ ਗਿਆ ਕਿ ਇਹਦਾ ਫਲਾਵਰਿੰਗ ਪੈਟਰਨ ਕੀ ਹੈਗਾ ਸਟੱਡੀ ਕਰਨ ਲਈ ਕੁਝ ਇਕਵਿਪਮੈਂਟ ਵਰਤੇ ਗਏ ਜਿਹਦੇ ਵਿੱਚ ਇਹ ਟੋਟਲ ਸਾਰਾ ਸਿਸਟਮ ਜਿਹੜਾ ਹੈਗਾ ਖੇਤ ਦੇ ਵਿੱਚ ਲਗਾਇਆ ਗਿਆ ਜਿਹੜਾ ਕਿ ਹਰ 5 ਮਿੰਟ ਬਾਅਦ ਲਗਾਤਾਰ ਖੇਤ ਦੀਆਂ ਤਸਵੀਰਾਂ ਲੈ ਲੈਂਦਾ ਰਿਹਾ ਤੇ ਕੁਝ ਦਿਨ ਲਗਾਤਾਰੇ ਤਸਵੀਰਾਂ ਲਈਆਂ ਗਈਆਂ ਇਸ ਵੀਡੀਓ ਦੇ ਵਿੱਚ ਮੈਂ ਮਦਦ ਲੈ ਰਿਆ ਨਾਲ ਤਾਮਨਾਡੂ ਐਗਰੀਕਲਚਰ ਯੂਨੀਵਰਸਿਟੀ ਦੀ ਉਸ ਦੇ ਨਾਲ ਬਾਇਓਲੋਜੀ ਆਫ ਰਾਈਜਾਸ ਸਟਾਈਵਾ ਇਹ ਇੱਕ ਬੁੱਕ ਹੈ ਪਬਲਿਸ਼ ਕੀਤੀ ਗਈ ਹੈ ਕਿਹਦੇ ਦੁਆਰਾ ਕੀਤੀ ਗਈ ਹੈ ਮਿਨਿਸਟਰੀ ਆਫ এনवायरमेंट ਐਂਡ ਫੋਰੈਸਟ ਗਵਰਨਮੈਂਟ ਆਫ ਇੰਡੀਆ ਭਾਰਤ ਸਰਕਾਰ ਦੁਆਰਾ ਇਹ ਕੀਤਾ ਗਿਆ ਇਹਦੀ ਮੈਂ ਕੁਝ ਮਦਦ ਲੈ ਕੇ ਤੁਹਾਡੇ ਨਾਲ ਸਾਰੀ ਜਾਣਕਾਰੀ ਸ਼ੇਅਰ ਕਰਾਂਗਾ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਜੋ ਭਾਰਤ ਸਰਕਾਰ ਦੀ ਇਹ ਬੁੱਕ ਪਬਲਿਸ਼ ਕੀਤੀ ਗਈ ਹੈ ਵਿੱਚ ਕੀ ਕਿਹਾ ਗਿਆ ਇਹਨਾਂ ਨੇ ਫਲਾਵਰਿੰਗ ਦੇ ਉੱਪਰ ਮੇਨਲੀ ਆਪਾਂ ਗੱਲ ਕਰਦੇ ਹਾਂ ਇਹਨਾਂ ਦਾ ਕਹਿਣਾ ਹੈ ਕਿ ਜਦ ਸਮੇਂ ਇੱਕ ਮੁੰਜਰ ਬਾਹਰ ਆਉਂਦੀ ਹੈ ਤਾਂ ਉਹ ਨੈਕਸਟ ਡੇ ਅਗਲੇ ਦਿਨ ਉਹਦੇ ਵਿੱਚ ਬੂਰ ਪੈਣਾ ਸ਼ੁਰੂ ਹੁੰਦਾ ਹੈ ਬੂਰ ਜਿਹੜਾ ਹੈਗਾ ਮੁੰਜਰ ਨਿਕਲ ਤੋਂ ਅਗਲੇ ਦਿਨ ਪੈਂਦਾ ਜਰਨਲੀ ਜਿਹੜਾ ਹੈਗਾ ਬੂਰ ਸਵੇਰ ਦੇ ਟਾਈਮ ਤੇ ਆਉਂਦਾ ਹੈ ਸਵੇਰ ਦੇ ਟਾਈਮ ਤੇ ਆਉਂਦਾ ਹੈ ਤੇ ਸਭ ਤੋਂ ਪਹਿਲਾਂ ਉੱਪਰਲੇ ਪਾਸਿਓ ਫਲਾਵਰਿੰਗ ਐਟ ਦਾ ਟਾਪ ਆਫ ਦਾ ਪੈਨਿਕਲ ਫਸਟ ਡੇ ਆਫਟਰ ਹੈਡਿੰਗ ਮੁੰਜਰ ਬਾਹਰ ਨਿਕਲਣ ਤੋਂ ਬਾਅਦ ਇੱਕ ਦਿਨ ਬਾਅਦ ਉੱਪਰਲੇ ਹਿੱਸੇ ਨੂੰ ਫੁੱਲ ਲੱਗਦੇ ਆ ਬੂਰ ਪੈਂਦਾ ਉਸ ਤੋਂ ਬਾਅਦ ਅਗਲੇ ਦਿਨ ਵਿਚਾਲੜਲੇ ਹਿੱਸੇ ਨੂੰ ਅਤੇ ਤੀਸਰੇ ਦਿਨ نیچے ਵਾਲੇ ਹਿੱਸੇ ਨੂੰ ਬੂਰ ਪੈਂਦਾ ਤੇ ਜਰਨਲੀ ਜਿਹੜਾ ਹੈਗਾ ਸਵੇਰ ਦੇ ਟਾਈਮ ਤੇ ਸਪਾਈਕਲਟ ਸਪਾਈਕਲਟ ਕੀ ਜਿਹੜਾ ਦਾਣਾ ਹੈਗਾ ਨਾ ਇਹ ਦਾਣਾ ਮੁੰਜਰ ਦੇ ਦਾਣਾ ਹੁੰਦਾ ਉਹਨੂੰ ਅਸੀਂ ਸਪਾਈਕਲਟ ਬੋਲਾਂਗੇ ਤੇ ਪੂਰੀ ਮੁੰਜਰ ਨੂੰ ਸਪਾਈਕ ਬੋਲਾਂਗੇ ਤਾਂ ਉਹ ਜਿਹੜਾ ਇੱਕ ਦਾਣਾ ਹੈਗਾ ਦਾਣਾ ਸਵੇਰ ਦੇ ਟਾਈਮ ਤੇ ਖੁੱਲਦਾ ਹੈ ਤੇ ਜਦੋਂ ਸਵੇਰ ਦੇ ਟਾਈਮ ਤੇ ਖੁੱਲਦਾ ਹੈਗਾ ਤੇ ਕਈ ਵਾਰੀ ਟੋਟਲ ਮੁੰਜਰ ਨੂੰ ਮੁੰਜਰ ਬਾਹਰ ਆਉਣ ਤੋਂ ਲੈ ਕੇ 7 ਦਿਨ ਤੱਕ ਪੂਰੇ ਨੂੰ ਬੂਰ ਪੈਣ ਤੇ ਲੱਗ ਜਾਂਦੀ ਹੈ ਹੁਣ ਅਗਲਾ ਸਵਾਲ ਇਹ ਉੱਠਦਾ ਹੈ ਕਿ ਕਿਸ ਟਾਈਮ ਤੇ ਮੈਕਸਿਮਮ ਫਲਾਵਰਿੰਗ ਹੁੰਦੀ ਹੈ ਇਸ ਦੇ ਲਈ ਤੁਸੀਂ ਤਾਮਨਡੂ ਐਗਰੀਕਲਚਰ ਯੂਨੀਵਰਸਿਟੀ ਦੁਆਰਾ ਜੋ ਦਿੱਤਾ ਗਿਆ ਉਹਨਾਂ ਦਾ ਕੀ ਕਹਿਣਾ ਹੈਗਾ ਕਿ ਮੇਨਲੀ ਜਿਹੜਾ ਹੈਗਾ ਸਵੇਰੇ 8 ਤੋਂ 10 ਵਜੇ ਦਾ ਟਾਈਮ ਹੈ ਜਿਸ ਸਮੇਂ ਐਂਥੇਸਿਸ ਹੁੰਦੀ ਹੈ ਤੇ ਹਰ ਇੱਕ ਸਪਾਈਕਲੇਟ 30 ਮਿੰਟਾਂ ਵਾਸਤੇ ਖੁੱਲਦੀ ਹੈ ਮਤਲਬ ਕਿ ਜੋ ਆਪਾਂ ਗੱਲ ਕਰ ਰਹੇ ਸੀਗੇ ਕਿ ਇਹ ਇੱਕ ਪੂਰੇ ਦਾ ਪੂਰਾ ਦਾਣਾ ਹੈ ਇਹ ਇਹਦੀ ਪੂਰਾ ਮਿਲ ਕੇ ਇੱਕ ਸਪਾਈਕਲੇਟ ਬਣਦਾ ਹੈ ਇਹ ਦਾਣਾ ਜਿਹੜਾ ਹੈਗਾ ਇਹ ਇਸ ਤਰੀਕੇ ਦੇ ਨਾਲ 파ਟ ਕੇ ਤੇ ਖੁੱਲਦਾ ਹੈ ਤੇ ਇਹ ਖੁੱਲਣ ਦਾ ਜਿਹੜਾ ਟਾਈਮ ਹੈਗਾ ਆਮ ਤੌਰ ਤੇ ਸਵੇਰ ਦਾ ਹੁੰਦਾ ਤੇ ਇਹ ਕੇਵਲ ਤੇ ਕੇਵਲ 30 ਮਿੰਟ ਦੇ ਵਿੱਚ ਤੱਕ ਖੁੱਲ੍ਹਾ ਰਹਿੰਦਾ ਹੈ ਕਹਿਣ ਦਾ ਮਤਲਬ ਇਹ ਕਿ ਜਿਹੜਾ ਬੂਰ ਆਇਆ ਬੂਰ ਨੇ 30 ਮਿੰਟ ਦੇ ਵਿੱਚ ਆਪਣਾ ਲਗਭਗ ਕੰਮ ਕਰ ਦਿੱਤਾ ਵੈਰਾਈਟੀ ਟੂ ਵੈਰਾਈਟੀ ਇਹ ਡਿਫਰੈਂਸ ਹੋ ਸਕਦਾ ਹੈ ਮੈਂ ਰੈਫਰੈਂਸ ਦੇ ਨਾਲ ਗੱਲ ਕਰ ਰਿਹਾ ਕਿ ਤਾਮਲਾਡੂ ਐਗਰੀਕਲਚਰ ਯੂਨੀਵਰਸਿਟੀ ਇਹ ਕਹਿ ਰਹੀ ਹੈ ਫਰਨ ਦੁਬਾਰਾ RGB ਸਿਸਟਮ ਦੀ ਗੱਲ ਕਰਦੇ ਆ ਜਿਹਦੇ ਵਿੱਚ ਕਿ ਉਹਨਾਂ ਨੇ ਸਾਫ਼-ਸਾਫ਼ ਦੱਸਿਆ ਕਿ ਸਵੇਰ ਦੇ ਟਾਈਮ ਤੋਂ ਜਿਹੜਾ ਹੈਗਾ ਫਲਾਵਰਿੰਗ ਸ਼ੁਰੂ ਹੁੰਦੀ ਹੈ 8 ਵਜੇ ਤੋਂ ਤੇ 12 ਵਜੇ ਤੱਕ ਮੈਕਸਿਮਮ ਫਲਾਵਰਿੰਗ ਜਿਹੜੀ ਹੈਗੀ ਹੈ ਦੇਖਣ ਨੂੰ ਮਿਲੀ ਹੈ ਤੇ ਕਈ ਵਾਰੀ ਜਿਹੜੀ ਫਲਾਵਰਿੰਗ ਹੈਗੀ ਹੈ 3 ਵਜੇ ਤੱਕ ਵੀ ਚੱਲਦੀ ਹੈ ਇਹ ਕਾਰੇ ਤੇ ਡਿਪੈਂਡ ਕਰਦਾ ਇਹ ਮੌਸਮ ਦੇ ਉੱਪਰ ਡਿਪੈਂਡ ਕਰਦਾ ਹਵਾ ਦੇ ਵਿੱਚ ਹਿਊਮਿਡਿਟੀ ਕਿੰਨੀ ਹੈ ਉਸ ਤੇ ਡਿਪੈਂਡ ਕਰਦਾ ਜ਼ਮੀਨ ਦੇ ਵਿੱਚ ਪਾਣੀ ਕਿੰਨਾ ਹੈਗਾ ਉਸ ਤੇ ਡਿਪੈਂਡ ਕਰਦਾ ਟੈਂਪਰੇਚਰ ਕਿੰਨਾ ਉਸ ਤੇ ਡਿਪੈਂਡ ਕਰਦਾ ਪਰੰਤੂ ਇਹਨਾਂ ਨੂੰ ਇੱਕ ਬੜਾ ਅਚਰਜ ਹੋਇਆ ਕਿ ਇੱਕ ਦਿਨ ਜਿਹੜਾ ਹੈਗਾ ਬੂਟੇ ਦੇ ਉੱਪਰ ਬੂਰ ਪਿਆ ਹੀ ਨਹੀਂ ਇਹ ਕਿਉਂ ਨਹੀਂ ਪਿਆ ਕਿਉਂਕਿ ਉਸ ਦਿਨ ਬਾਰਿਸ਼ ਸੀਗੀ ਤਾਂ ਇਹਨਾਂ ਦੀ ਰਿਸਰਚੇ ਦੱਸਦੀ ਹੈ ਕਿ ਜੇਕਰ ਬਾਰਿਸ਼ ਹੋ ਰਹੀ ਹੈ ਤਾਂ ਉਸ ਦਿਨ ਬੂਟਾ ਦਾ ਸਪਾਈਕਲੇਟ ਖੁੱਲਦਾ ਹੀ ਨਹੀਂਗਾ ਮਤਲਬ ਕਿ ਉਸ ਦਿਨ ਸਪਾਈਕਲੇਟ ਨਹੀਂ ਖੁੱਲੇਗਾ ਜੋ ਸਪਾਈਕਲੇਟ ਖੁੱਲੇਗਾ ਨਹੀਂ ਤਾਂ ਬੂਰ ਝੜੇਗਾ ਨਹੀਂ ਤਾਂ ਇਹ ਚੀਜ਼ ਇੱਥੇ ਨੋਟ ਕਰਨ ਵਾਲੀ ਹੈ ਕਿ ਜਿਹੜੀ ਇਹਨਾਂ ਦੀ ਰਿਸਰਚ ਦੇ ਵਿੱਚ ਇਹ ਦੱਸਿਆ ਗਿਆ ਹੁਣ ਤੱਕ ਜੋ ਮੈਂ ਤੁਹਾਡੇ ਨਾਲ ਇਸ ਦੇ ਬਾਰੇ ਗੱਲਬਾਤ ਕੀਤੀ ਹੈ ਉਹ ਉਹਦਾ ਨਿਚੋੜ ਇਹ ਹੈ ਕਿ ਫਲਾਵਰਿੰਗ ਮੈਕਸਿਮਮ ਸਵੇਰ ਦੇ ਟਾਈਮ ਤੇ ਹੁੰਦੀ ਹੈ ਟੈਂਪਰੇਚਰ ਹਾਈ ਹੋਵੇ بارش ਹੋ ਰਹੀ ਹੋਵੇ ਤਾਂ ਫੁੱਲ ਖੁੱਲਦਾ ਨਹੀਂ ਹੈਗਾ ਜਦੋਂ ਜਿਹੜਾ ਬੂਰ ਪਾਣ ਤੋਂ 30 ਮਿੰਟ ਦੇ ਵਿੱਚ ਵਿੱਚ ਜਿਹੜਾ ਉਹਦੀ ਪ੍ਰਾਗਨ ਕਿਰਿਆ ਹੋ ਜਾਂਦੀ ਹੈ ਤੇ ਦਾਣਾ ਬਣ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਜੋ ਮਰਜ਼ੀ ਹੋਈ ਜਾਵੇ ਕੋਈ ਦਿੱਕਤ ਨਹੀਂ ਹੈਗੀ ਜੇ ਟੈਂਪਰੇਚਰ ਠੀਕ ਹੈ ਤਾਂ ਬੂਰ ਜਿਹੜਾ ਹੈਗਾ ਸ਼ਾਮ ਦੇ 4 ਵਜੇ ਤੱਕ ਵੀ ਜਿਹੜਾ ਹੈਗਾ ਅਲੱਗ-ਅਲੱਗ ਤਰੀਕੇ ਨਾਲ ਨਵਾਂ ਬੂਰ ਆਉਂਦਾ ਰਹਿੰਦਾ ਹੈ ਤਾਂ ਇੱਥੇ ਤੁਹਾਨੂੰ ਇਸ ਦੀ ਐਨਟੋਮੀ ਬਾਰੇ ਜਾਣਨਾ ਜ਼ਰੂਰੀ ਪਊਗਾ ਕਿ ਫੁੱਲ ਹੁੰਦਾ ਕੀ ਹੈ ਦੇਖੋ ਜੀ ਇੱਕ ਜਿਹੜਾ ਫੁੱਲ ਹੈਗਾ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਬੂਰ ਬਾਹਰ ਨਿਕਲਦਾ ਹੁੰਦਾ ਇਹਨੂੰ ਅਸੀਂ ਐਂਥਰ ਕਹਿੰਦੇ ਹਾਂ ਇਹ ਇੱਕ ਲੰਮੇ ਧਾਗੇ ਦੇ ਨਾਲ نیچے ਜੁੜਿਆ ਹੁੰਦਾ ਜਿਹਨੂੰ ਅਸੀਂ ਫਿਲਾਮੈਂਟ ਕਹਿੰਦੇ ਆ। ਇੱਕ ਇਹਦੇ ਵਿੱਚ ਇਹ ਬਰਸ਼ ਜੇ ਹੁੰਦੇ ਆ ਮੈਂ ਅਗਲੀ ਵੀਡੀਓ ਤੁਹਾਨੂੰ ਦਿਖਾਵਾਂਗਾ ਕਿ ਪਲਾਂਟਸ ਦੇ ਉੱਪਰ ਬਾਹਰ ਨਿਕਲੇ ਹੋਏ ਤਾਂ ਇਸ ਜਿਹੜੇ ਬਰਸ਼ ਨੂੰ ਅਸੀਂ ਕੀ ਕਹਿੰਦੇ ਆ ਸਟਿਗਮਾ ਕਹਿੰਦੇ ਆ। ਇਹ ਇੱਕ ਪਾਈਪ ਦੇ ਨਾਲ نیچے ਆਹ ਜਿਹੜੀ ਗੋਲ-ਗੋਲ ਹੈ ਓਵਰੀ ਹੁੰਦੀ ਹੈ ਓਵਰੀ ਨਾਲ ਜੁੜਿਆ ਹੁੰਦਾ। ਤਾਂ ਇਹ ਜਿਹੜੀ ਪਾਈਪ ਹੈ ਨੂੰ ਸਟਾਈਲ ਕਹਿੰਦੇ ਆ। ਤੇ ਜਿਹੜੀਆਂ ਬਾਹਰਲੇ ਪਾਸੇ ਦੋ ਦਾਣੇ ਹੁੰਦੇ ਆ। ਇਹ ਇਹ ਜੋ ਚੀਜ਼ਾਂ ਹੈਗੀਆਂ ਇਹ ਇਹਦੇ ਵਿੱਚੋਂ ਜਿਹੜਾ ਵੱਡਾ ਹਿੱਸਾ ਇਹਨੂੰ ਲੈਮਾ ਕਹਿੰਦੇ ਆ ਇਹਨੂੰ ਪੈਲੀਆ ਕਹਿੰਦੇ ਆ ਤੇ ਬਿਲਕੁਲ ਇਹ ਨੀਚੇ ਇਸ ਦੇ ਜੋ ਨੀਚੇ ਹੁੰਦਾ ਇਹ ਪੈਡਿਕਲ ਹੁੰਦਾ ਹੈ ਇਹ ਸਟੈਰਾਈ ਲੈਮਨਾ ਹੁੰਦਾ ਹੈ ਤੇ ਆਹ ਚੀਜ਼ ਇੱਕ ਕਾਫੀ ਤੁਹਾਡੇ ਕੰਮ ਆਊਗੀ ਜੋ ਮੈਂ ਅੱਗੇ ਦੱਸਾਂਗਾ ਲੋਡੀਕਿਊਲ ਇਸ ਨੂੰ ਕਹਿੰਦੇ ਆ ਜੇਕਰ ਤੁਸੀਂ ਲੋਡੀਕਿਊਲ ਦਾ ਮਕਸਦ ਤੇ ਬਾਕੀ ਚੀਜ਼ਾਂ ਕਿਸ ਲਈ ਹੁੰਦੀਆਂ ਇਹ ਪੜੋਗੇ ਤਾਂ ਸਭ ਤੋਂ ਪਹਿਲਾਂ ਸਟੈਮਨ 6 ਸਟੈਮਨ ਹੁੰਦੇ ਆ ਹਰ ਇੱਕ ਬੂਟੇ ਦੇ ਵਿੱਚ ਤਾਂ ਇਹ ਇਸ ਤਰੀਕੇ ਦਾ ਹੁੰਦਾ ਹੈ ਤਾਂ ਇਹਦੇ ਦੋ ਪਾਰਟ ਹੁੰਦੇ ਆ ਤੇ ਅੰਦਰੋਂ ਦੋ ਭਾਗਾਂ 'ਚ ਵੰਡੇ ਆ ਹੁੰਦਾ ਮਤਲਬ ਕਿ ਚਾਰ ਭਾਗ ਹੁੰਦੇ ਆ ਜਿਹਦੇ ਵਿੱਚ ਕੇ ਪੋਲਨ ਗ੍ਰੇਨ ਬਣਦੇ ਆ ਤਾਂ ਇਹ ਦਾ ਸਟੈਮਨ ਹੁੰਦਾ ਸਟੈਮਨ ਤੋਂ ਇਹ ਦੇਖੋ ਇਹਦੇ ਵਿੱਚੋਂ ਜਿਹੜੇ ਹੈਗੇ ਆ ਐਂਥ ਏ ਏ ਪੌਲਨ ਗ੍ਰੇਨਸ ਇਹਦੇ ਇੱਥੇ ਡਿੱਗੇ ਹੋਏ ਐ ਮਾਫ ਕਰਨਾ ਇਹ ਐਂਥਰ ਸੀਗਾ पराਕਣ ਇਹ ਹੀ ਐ ਇਹ पराਕਣ ਐ ਜੋ ਕਿ ਅੱਗੇ ਜਾ ਕੇ ਡਿੱਗਦੇ ਐ ਇਸ ਨੂੰ ਕਾਰਪਲ ਕਹਿੰਦੇ ਐ ਕਾਰਪਲ ਕੰਸਿਸਟ ਆਫ ਫੀਮੇਲ ਪਾਰਟ ਇਹ ਮਾਦਾ ਭਾਗ ਹੁੰਦਾ ਤਾਂ ਜਿਹਦੇ ਵਿੱਚ ਇਹ ਇਹ ਸਟਿਗਮਾ ਹੋ ਗਈ ਐ ਸਟਾਈਲ ਹੋ ਗਈ ਓਵਰੀ ਹੋ ਗਈ ਜਦੋਂ ਬੂਰ ਜਿਹੜਾ ਹੈਗਾ ਉਹ ਇਹਦੇ ਉੱਪਰ ਆ ਕੇ ਡਿੱਗਦਾ ਇਹਦੇ ਤੋਂ ਬਾਅਦ ਦੇ ਵਿੱਚ ਇਹ ਸਪਾਈਪਰਾਈ ਓਵਰੀ ਦੇ ਅੰਦਰ ਜਾਂਦਾ ਹੈ ਅੰਦਰ ਜਾ ਕੇ ਫਿਰ ਉੱਥੇ ਆਂਡਾ ਬਣਦਾ ਜਾਂ ਉਸ ਨੂੰ ਆਪਾਂ ਕਹਿ ਦਈਏ ਇਹ ਬਾਹਰ ਨਿਕਲਿਆ ਹੋਇਆ ਤਾਂ ਉਹਦੇ ਵਿੱਚ ਦਾਣੇ ਦਾ ਨਿਰਮਾਣ ਹੁੰਦਾ ਹੈ ਇਹ ਲੋਡਿਕਿਊਲ ਜਿਹਦਾ ਕਿ ਸਭ ਤੋਂ ਵੱਡਾ ਮਹੱਤਵ ਇਹਦਾ ਹੁੰਦਾ ਹੈ ਇਹ ਕੀ ਹੈ ਕਿ ਜਦੋਂ ਬੂਟੇ ਨੂੰ ਪਤਾ ਲੱਗਦਾ ਕਿ ਬਾਹਰ ਬਰਸਾਤ ਹੈ ਜਾਂ ਬਾਹਰ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਹੈ ਜਾਂ ਬਹੁਤ ਘੱਟ ਹੈ ਤਾਂ ਇਹ ਜਿਹੜੀ ਸਪਾਈਕਲੈਟ ਹੈਗੀ ਹੈ ਜਿਹੜਾ ਦਾਣਾ ਹੈਗਾ ਨਾ ਜਿਹੜੀ ਫੱਕ ਹੈਗੀ ਆ ਉਹਨੂੰ ਖੁੱਲਣ ਤੇ ਬੰਦ ਕਰਨ ਦਾ ਕੰਮ ਕਰਦਾ ਹੈ ਜੇ ਬਾਹਰ بارش ਹੋਣ ਦੀ ਉਮੀਦ ਹੈ ਜਾਂ بارش ਹੋ ਰਹੀ ਹੈ ਤਾਂ ਇਹ ਇਹਨੂੰ ਖੁੱਲਣ ਹੀ ਨਹੀਂ ਦੇਗਾ ਇਹ ਜਿਹੜਾ ਹੈਗਾ ਸ਼ਰਿੰਕ ਹੋ ਜਾਏਗਾ ਤੇ ਜਦੋਂ ਇਹ ਬਾਹਰ ਮੌਸਮ ਸਹੀ ਹੈ ਤਾਂ ਇਹ ਫੁੱਲ ਜਾਏਗਾ ਫੁੱਲ ਕੇ ਤੇ ਦਾਣੇ ਨੂੰ ਖੋਲ ਦੇਗਾ ਦਾਣਾ ਮਤਲਬ ਸਮਝ ਰਹੇ ਹੋ ਨਾ ਕਿ ਇਹ 파ਰਟ ਹੈ ਇਹ ਲੋਡੀਕਿਊਲ ਪੇਰੇ ਬਠਾਈ ਤੇ ਜੇਕਰ ਬਾਹਰ ਸਭ ਕੁਝ ਸਹੀ ਹੈ ਤਾਂ ਇਹ ਲੋਡੀਕਿਊਲ ਫੁੱਲ ਜਾਏਗਾ ਫੁੱਲ ਕੇ ਤੇ ਪੂਰੇ ਦਾਣਾ ਜਿਹੜਾ ਹੈਗਾ ਬਾਹਰ ਰੋਲ ਦੇਵੇਗਾ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਲੈਮਾ ਐਂਡ ਪੈਲੀਆ ਹੁੰਦੇ ਲੈਮਾ ਐਂਡ ਪੈਲੀਆ ਜੋ ਤੁਸੀਂ ਪਹਿਲਾਂ ਇਸ ਜਗ੍ਹਾ ਤੇ ਦੇਖਿਆ ਸੀਗਾ ਕਿ ਇਹ ਜੋ ਬਾਹਰਲਾ ਭਾਗ ਅਸੀਂ ਦਾਣੇ ਦੇ ਉੱਪਰਲੇ ਪਾਸੇ ਜਿਹੜੀ ਫੱਕ ਦੇਖਦੇ ਹਾਂ ਇਹ ਹੁੰਦੀ ਹੈ ਲੈਮਾ ਥੋੜਾ ਜਿਹਾ ਵੱਡਾ ਹੁੰਦਾ ਪੈਲੀਆ ਥੋੜਾ ਛੋਟਾ ਹੁੰਦਾ ਸਟੇਰਾਈਲ ਲੈਮਾ ਇਹ ਬਿਲਕੁਲ نیچے ਹੁੰਦਾ ਤਾਂ ਇਹਦੇ ਉੱਪਰ ਕੋਈ ਫਲਾਵਰ ਬੀਅਰ ਨਹੀਂ ਹੁੰਦਾ ਇਸ ਕਰਕੇ ਇਸ ਸਟੇਰਾਈਲ ਲੈਮਾ ਕਹਿੰਦੇ ਆ ਪੈਡਿਕਲ ਇਹ ਉਹ ਪਾਰਟ ਹੈ ਜਿਹਦੇ ਨਾਲ ਤੁਹਾਡਾ ਦਾਣਾ ਮੁੰਜਰ ਦੇ ਨਾਲ ਜੁੜਿਆ ਹੁੰਦਾ ਹੈ ਤਾਂ ਇਹ ਲਗਭਗ ਇਹਦੇ ਪਾਰਟ ਸੀਗੇ ਇਹ ਤੁਹਾਨੂੰ ਇਸ ਕਰਕੇ ਦੱਸਿਆ ਕਿ ਜਿਹੜਾ بارش ਦੇ ਨਾਲ ਬੂਰ ਧੋਣ ਦੀ ਗੱਲ ਕਰਦੇ ਹਾਂ ਉਹ ਤੁਹਾਡੀ ਕਲੀਅਰ ਹੋ ਸਕੇ ਕਿ ਐਸੇ ਨੇ ਹੀ ਲਗਭਗ ਸਾਰਾ ਕੁਝ ਕਰਨਾ ਹੈ ਦੋਸਤੋ ਮੈਂ ਆਪਣੀ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਇਸ ਵੀਡੀਓ ਰਾਹੀਂ ਤੁਹਾਨੂੰ ਕਾਫੀ ਜਾਣਕਾਰੀ ਦਿੱਤੀ ਜਾ ਸਕੇ ਤੇ ਉਮੀਦ ਹੈ ਕਿ ਤੁਹਾਨੂੰ ਇਹ ਪਹਿਲੇ ਗਿਹੜੇ ਸੁਣਦੇ ਵੇ ਸਮਝ ਨਹੀਂ ਆਏਗੀ ਲੇਕਿਨ ਦੂਸਰੀ ਵਾਰ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਜਰੂਰ ਸਮਝ ਆ ਜਾਏਗੀ ਇਹਦੇ ਜੋ ਮੇਨ ਪੁਆਇੰਟ ਸੀਗੇ ਉਹ ਇਹ ਸੀਗੇ ਕਿ ਜਦੋਂ ਵੀ ਇੱਕ ਮੁੰਜਰ ਬਾਹਰ ਨਿਕਲਦੀ ਹੈ ਉਹ ਬਾਹਰ ਨਿਕਲਣ ਤੋਂ ਬਾਅਦ ਚ ਅਗਲੇ ਦਿਨ ਉਹਦੇ ਉੱਪਰਲੇ ਹਿੱਸੇ ਨੂੰ ਬੂਰ ਪੈਂਦਾ ਫਿਰ ਉਚਾਲਣਲੇ ਹਿੱਸੇ ਨੂੰ ਫਿਰ ਅਗਲੇ ਦਿਨ ਜਿਹੜਾ ਹੈਗਾ ਹੇਠਲੇ ਹਿੱਸੇ ਨੂੰ ਤੇ ਬੂਰ ਜਿਹੜਾ ਹੈਗਾ ਮੁੱਖ ਤੌਰ ਤੇ ਸਵੇਰ ਦੇ ਟਾਈਮ ਪੈਂਦਾ ਪਰੰਤੂ ਜੇਕਰ ਟੈਂਪਰੇਚਰ ਠੀਕ ਹੈ ਤਾਂ ਸ਼ਾਮ ਦੇ 4 ਵਜੇ ਤੱਕ ਵੀ ਬੂਰ ਪੈ ਸਕਦਾ ਹੈ ਤੇ ਜੇਕਰ ਰੈਨੀ ਡੇ ਹੈਗਾ ਤਾਂ ਇਹ ਬੂਰ ਨਹੀਂ ਪਏਗਾ ਜੇਕਰ ਬਾਹਰ ਟੈਂਪਰੇਚਰ ਬਹੁਤ ਹਾਈ ਹੈ ਤਾਂ ਇਹ ਨਹੀਂ ਪਏਗਾ ਜੇ ਗਲਤੀ ਦੇ ਨਾਲ ਬੂਰ ਪੈ ਗਿਆ ਤਾਂ ਉਸ ਟਾਈਮ ਤੇ ਜਿਹੜਾ ਹੈਗਾ ਦਿੱਕਤ ਹੋਏਗੀ ਤਾਂ ਇਸ ਤੋਂ ਬਿਨਾ ਜਦੋਂ ਇੱਕ ਬੂਰ ਆਉਂਦਾ ਉਸ ਤੋਂ ਸਪਾਈਕਲੇਟ ਖੁੱਲਦੀ ਹੈ 30 ਮਿੰਟ ਦੇ ਵਿੱਚ ਇਹ ਸਾਰਾ ਕੰਮ ਹੋ ਜਾਂਦਾ ਉਹਦੇ ਵਿੱਚੋਂ ਪਰਾਗਣ ਦਿਖਦੇ ਆ ਪਰਾਗਣ ਡੇਕੇ ਫਰਟੀਲਾਈਜੇਸ਼ਨ ਹੋ ਜਾਂਦਾ ਤੇ ਜਿਸ ਤੋਂ ਬਾਅਦ ਦਾਣਾ ਬਨਣਾ ਸ਼ੁਰੂ ਹੋ ਜਾਂਦਾ ਤਾਂ ਇਹ ਸਾਰਾ ਪ੍ਰੋਸੈਸ ਸੀਗਾ ਕਿਉਂਕਿ ਵੀਡੀਓ ਲੰਬੀ ਹੋ ਰਹੀ ਹੈ ਤੇ ਬੋਰਿੰਗ ਵੀ ਹੋ ਰਹੀ ਹੈ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਕਿ ਪਾਣੀ ਦਾ ਕੀ ਮਤਵ ਹੈ ਇਹ ਕਿਉਂਕਿ ਇਹ ਸਾਰੀਆਂ ਚੀਜ਼ਾਂ ਸਮਝਣ ਦੇ ਲਈ ਪਹਿਲਾਂ ਤੁਹਾਨੂੰ ਥੋੜੀ ਜੀ ਇਹਦੀ ਬਾਇਓਲੋਜੀ ਸਮਝਣੀ ਜ਼ਰੂਰੀ ਸੀਗੀ ਇਸ ਕਰਕੇ ਇਹ ਵੀਡੀਓ ਬਣਾਈ ਜੇ ਤੁਹਾਨੂੰ ਪਸੰਦ ਆਵੇ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਮਿਹਰਬਾਨੀ ਦੋਸਤੋ